ਐਪ ਥੋੜੇ ਨਾ ਹੁਣ ਤੁਸੀਂ ਵੇਖ ਸਕਦੇ ਹੋ ਲਾਈਵ ਆਪਣੇ ਮੋਬਾਈਲ ਤੇ ਟੀਵੀ ਤੇ ਅੱਜ ਹੀ ਡਾਊਨਲੋਡ ਕਰੋ ਈ ਬਾਬਾ ਐਂਟਰਟੇਨਮੈਂਟ ਐਪ ਇਸ ਇਕੋ ਐਪ ਦੇ ਜ਼ਰੀਏ ਤੁਸੀਂ ਪੰਜਾਬੀ ਹਿੰਦੀ ਤੋਂ ਇਲਾਵਾ ਬਾਕੀ ਭਾਸ਼ਾਵਾਂ ਦੇ ਚੈਨਲ ਵੀ ਬਿਲਕੁਲ ਮੁਫਤ ਦੇਖ ਸਕਦੇ ਹੋ ਅੱਜ ਹੀ ਡਾਊਨਲੋਡ ਕਰੋ ਈ ਬਾਬਾ ਐਂਟਰਟੇਨਮੈਂਟ ਐਪ ਫਤਿਹਗੜ੍ਹ ਚੂੜੀਆਂ ਸ਼ਹਿਰ ਦੇ ਵਿੱਚ 22 ਤੋਂ ਲਾ ਕੇ 25 ਤਰੀਕ ਤੱਕ ਰਾਤ ਦੇ 12 ਵਜੇ ਤੱਕ ਜਿਹੜਾ ਆ ਮੁਕੰਮਲ ਜਿਹੜਾ ਕਰਫਿਊ ਲਾ ਦਿੱਤਾ ਗਿਆ ਵੀ 65 ਮੁਲਾਜ਼ਮ ਜਿਹੜੇ ਸਾਡੇ ਸਾਰੇ ਤਿੰਨਾਂ ਥਾਣਿਆਂ ਦੀ ਫੋਰਸ ਮੈਂ ਦੂਜੇ ਥਾਣਿਆਂ ਤੋਂ ਵੀ ਮੰਗਾਈ ਆ ਵੀ ਅਸੀਂ ਪੂਰੀ ਸਬ ਡਿਵੀਜ਼ਨ ਦੀ ਫੋਰਸ ਆਪਣੀ ਫਤਿਹਗੜ੍ਹ ਚੂੜੀਆਂ ਸ਼ਹਿਰ ਦੇ ਵਿੱਚ ਲਾਤੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਸਾਡਾ ਸਾਥ ਦਿਓ ਇਸ ਗੱਲ ਦੇ ਵਿੱਚ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ 'ਚ ਲਗਾਤਾਰ ਵੱਧ ਰਹੇ ਕੋਰੋਨਾ ਮਰੀਜ਼ਾਂ ਨੂੰ ਧਿਆਨ 'ਚ ਰੱਖ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵੱਲੋਂ ਹੁਣ ਫਤਿਹਗੜ੍ਹ ਚੂੜੀਆਂ 'ਚ 25 ਤਰੀਕ ਤੱਕ ਕਰਫਿਊ ਲਗਾ ਦਿੱਤਾ ਹੈ ਉਹਨਾਂ ਇਹ ਫੈਸਲਾ ਕਸਬੇ ਵਿੱਚ ਕਮਿਊਨਿਟੀ ਸਪਰੈਡ ਨੂੰ ਰੋਕਣ ਦੇ ਮੰਤਵ ਨਾਲ ਲਿਆ ਹੈ ਪ੍ਰਸ਼ਾਸਨ ਵੱਲੋਂ ਲਗਾਏ ਗਏ ਕਰਫਿਊ ਤੋਂ ਬਾਅਦ ਸਮੁੱਚੇ ਸ਼ਹਿਰ ਵਿੱਚ ਸੰਨਾਟਾ ਪਸਰ ਗਿਆ ਹੈ ਤੇ ਪੁਲਿਸ ਪੂਰੀ ਸਖਤੀ ਵਰਤ ਰਹੀ ਹੈ ਕਸਬੇ ਵੱਲ ਆਉਣ ਵਾਲੇ ਹਰੇਕ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ ਇੱਥੋਂ ਤੱਕ ਕਿ ਛੋਟੀਆਂ ਗਲੀਆਂ ਅਤੇ ਮੁੱਖ ਚੌਂਕਾਂ ਵਿੱਚ ਵੀ ਪੁਲਿਸ ਨੇ ਸਖਤ ਨਾਕੇ ਲਾਏ ਹਨ ਬਿਨਾਂ ਵਜ੍ਹਾ ਘੁੰਮਣ ਵਾਲੇ ਲੋਕਾਂ ਨੂੰ ਨਸੀਹਤ ਵੀ ਦਿੱਤੀ ਜਾ ਰਹੀ ਹੈ ਇਸ ਮੌਕੇ ਪੰਜਾਬ ਟੂਡੇ ਨਾਲ ਗੱਲਬਾਤ ਕਰਦਿਆਂ DSP ਬਲਬੀਰ ਸਿੰਘ ਸੰਧੂ ਨੇ ਕਿਹਾ ਹੈ ਕਿ ਕਰਫਿਊ ਦੌਰਾਨ ਪੁਲਿਸ ਵੱਲੋਂ ਪੂਰੀ ਸਖਤੀ ਵਰਤੀ ਜਾ ਰਹੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਪੂਰੀ ਸਬ ਡਿਵੀਜ਼ਨ ਦੇ 65 ਮੁਲਾਜ਼ਮ ਫਤਿਹਗੜ੍ਹ ਚੂੜੀਆਂ ਵਿੱਚ ਤੈਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 2 ਸਬ ਇੰਸਪੈਕਟਰ 24 ASI ਹੌਲਦਾਰ ਮਹਿਲਾ ਕਾਂਸਟੇਬਲ ਅਤੇ ਮਹਿਲਾ ASI ਸ਼ਾਮਲ ਹਨ ਉਹਨਾਂ ਕਿਹਾ ਹੈ ਕਿ ਜਦੋਂ ਤੋਂ ਸਰਕਾਰ ਵੱਲੋਂ ਲੌਕਡਾਊਨ ਲਗਾਇਆ ਗਿਆ ਸੀ ਉਸ ਸਮੇਂ ਤੋਂ ਹੀ ਫਤਿਹਗੜ੍ਹ ਚੂੜੀਆਂ ਵਿੱਚ ਸਖਤੀ ਚੱਲ ਰਹੀ ਹੈ ਪਰ ਫਿਰ ਵੀ ਜਿਹੜੇ ਲੋਕ ਬਾਰ ਬਾਰ ਅਪੀਲਾਂ ਦੇ ਬਾਵਜੂਦ ਬਾਜ ਨਹੀਂ ਆਉਂਦੇ ਹਨ ਉਹਨਾਂ ਵਿਰੁੱਧ ਹੁਣ ਸਖਤੀ ਵਰਤੀ ਜਾਵੇਗੀ ਫਤਿਹਗੜ੍ਹ ਚੂੜੀਆਂ ਸ਼ਹਿਰ ਦੇ ਵਿੱਚ ਜਿਹੜੇ ਕੋਰੋਨਾ ਪੋਜ਼ਿਟਿਵ ਦੇ ਜ਼ਿਆਦਾ ਕੇਸ ਹੋਣ ਕਰਕੇ ਕੱਲ੍ਹ ਮਾਨਯੋਗ DC ਸਾਹਿਬ ਗੁਰਦਾਸਪੁਰ ਜਿਹੜੇ ਆ ਸਿਵਲ ਹਸਪਤਾਲ ਫਤਿਹਗੜ੍ਹ ਚੂੜੀਆਂ ਆਏ ਸੀਗੇ ਜਿਨ੍ਹਾਂ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਆ ਫਤਿਹਗੜ੍ਹ ਚੂੜੀਆਂ ਸ਼ਹਿਰ ਦੇ ਵਿੱਚ 22 ਤੋਂ ਲਾ ਕੇ 25 ਤਰੀਕ ਤੱਕ ਰਾਤ ਦੇ 12 ਵਜੇ ਤੱਕ ਜਿਹੜਾ ਆ ਮੁਕੰਮਲ ਜਿਹੜਾ ਕਰਫਿਊ ਲਾ ਦਿੱਤਾ ਗਿਆ ਅਤੇ ਕੁਛ ਜਿਹੜੀਆਂ ਜ਼ਰੂਰੀ ਸੁਵਿਧਾ ਨੂੰ ਛੱਡ ਕੇ ਅਸੀਂ ਇਹ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਵੀ ਪਹਿਲੇ ਦਿਨ ਤੋਂ ਹੀ ਜਿੱਦਣ ਦਾ ਇਹ ਕੰਮ ਸਟਾਰਟ ਹੋਇਆ ਉਦੋਂ ਤੋਂ ਹੀ ਜਿਹੜੇ ਅਸੀਂ ਲੋਕਾਂ ਨੂੰ ਰਿਕੁਐਸਟ ਵੀ ਕਰਦੇ ਹਾਂ ਅਪੀਲਾਂ ਵੀ ਕਰਦੇ ਹਾਂ ਸਖਤੀ ਨਾਲ ਵੀ ਪੇਸ਼ ਆ ਕੇ ਦੇਖ ਲਿਆ ਲੋਕਾਂ ਨੂੰ ਵੀ ਇਹ ਤੋਂ ਬਚਣਾ ਚਾਹੀਦਾ ਬਹੁਤ ਭਿਆਨਕ ਜਿਹੜੀ ਬਿਮਾਰੀ ਹੈਗੀ ਆ ਕਿਸੇ ਉਹੋ ਜਿਹੇ ਮਰੀਜ਼ ਨੂੰ ਲੱਗ ਜਾਵੇ ਤਾਂ ਉਹ ਜਾਨਲੇਵਾ ਹੈਗੀ ਆ ਇਹ ਅਪੀਲ ਫਿਰ ਦੁਬਾਰਾ ਲੋਕਾਂ ਨੂੰ ਕਰਦੇ ਹਾਂ ਵੀ ਅਸੀਂ ਜਿਹੜੇ ਪੁਲਿਸ ਦੇ 65 ਮੁਲਾਜ਼ਮ ਆਪਣੇ 2 ਸਬ ਇੰਸਪੈਕਟਰ 24 ASI ਅਤੇ ਥੱਲੇ ਹੌਲਦਾਰ ਅਤੇ ਲੇਡੀ ਕਾਂਸਟੇਬਲ ਜਿਹੜੀਆਂ 8 ਨੇ ਨਾਲ ਲਾਈਆਂ ਅਸੀਂ ਕੁਛ ਸਾਡੀਆਂ ASI ਥਾਣੇਦਾਰ ਵੀ ਹੈਗੀਆਂ ਲਾਈਆਂ ਨਾਲ ਅਸੀਂ ਵੀ 65 ਮੁਲਾਜ਼ਮ ਜਿਹੜੇ ਸਾਡੇ ਸਾਰੇ ਤਿੰਨਾਂ ਥਾਣਿਆਂ ਦੀ ਫੋਰਸ ਮੈਂ ਦੂਜੇ ਥਾਣਿਆਂ ਤੋਂ ਵੀ ਮੰਗਾਈ ਆ ਵੀ ਅਸੀਂ ਪੂਰੀ ਸਬ ਡਿਵੀਜ਼ਨ ਦੀ ਫੋਰਸ ਆਪਣੀ ਫਤਿਹਗੜ੍ਹ ਚੂੜੀਆਂ ਸ਼ਹਿਰ ਦੇ ਵਿੱਚ ਲਾਤੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਸਾਡਾ ਸਾਥ ਦਿਓ ਇਸ ਗੱਲ ਦੇ ਵਿੱਚ ਵੀ ਜਿਹੜੇ ਇਹ ਕੇਸ ਜਿਹੜੇ ਆ ਜਿਹੜੇ ਘੱਟ ਜਾਣ ਜੇ ਤੁਸੀਂ ਘਰਾਂ ਦੇ ਵਿੱਚ ਰਹੋਗੇ ਬਾਹਰ ਨਾ ਨਿਕਲੂਗੇ ਘਰਾਂ ਵਿੱਚ ਰਹਿ ਕੇ ਵੀ ਪ੍ਰਕੋਸ਼ਨ ਲਓਗੇ ਤਾਂ ਇਹ ਜਿਹੜਾ ਇਸ ਚੀਜ਼ ਨੂੰ ਠੱਲ ਪੈਣੀ ਆ ਅਸੀਂ ਜਿਹੜੀ ਆ ਕਿਸੇ ਨਾਲ ਵੀ ਜਿਹੜੀ ਢਿੱਲ ਨਹੀਂ ਕਰਨੀ ਇਸ ਕਰਫਿਊ ਦੇ ਵਿੱਚ ਜਿਹੜਾ ਕੋਈ ਉਲੰਘਣਾ ਕਰਦਾ ਪਾਇਆ ਗਿਆ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਇਹ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੇ ਨਾਲ ਫਤਿਹਗੜ੍ਹ ਚੂੜੀਆਂ ਤੋਂ ਰਮੇਸ਼ ਸੋਨੀ ਦੀ ਰਿਪੋਰਟ ਪੰਜਾਬ ਟੂਡੇ